ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਇੱਕ ਪਾਸੜ ਜਿੱਤ ਤੋਂ ਪੰਜਾਬ ਦੀ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਉਤਸ਼ਾਹਿਤ ਹੋ ਗਈ ਜਾਪਦੀ ਹੈ, ਕਿਉਂਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਬਿਜਲੀ ਅੰਦੋਲਨ ਚਲਾਇਆ ਹੋਇਆ ਸੀ, ਜਿਸ ਦਾ ਅਸਰ ਤਾਂ ਪੰਜਾਬ ਦੇ ਵਿੱਚ ਘੱਟ ਹੀ ਦਿਖਾਈ ਦਿੱਤਾ ਸੀ, ਪਰ ਹੁਣ ਆਮ ਆਦਮੀ ਪਾਰਟੀ ਵੱਲੋਂ ਵੱਡੇ ਪੱਧਰ 'ਤੇ ਕੈਪਟਨ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਣ ਦੀ ਤਿਆਰੀ ਕਰ ਲਈ ਗਈ ਹੈ। ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਕਿ ਆਉਂਦੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਸ਼ਾਹੀ ਮਹਿਲ ਮੋਤੀ ਮਹਿਲ ਪਟਿਆਲਾ ਦਾ ਬਿਜਲੀ ਕਨੈਕਸ਼ਨ ਕੱਟ ਦਿੱਤਾ ਜਾਏਗਾ ਜੇਕਰ ਉਹਨਾਂ ਨੇ ਬਿਜਲੀ ਕੰਪਨੀਆਂ ਦੇ ਨਾਲ ਕੀਤੇ ਗਏ ਸਮਝੌਤਿਆਂ ਨੂੰ ਰਿਵਿਊ ਨਾ ਕੀਤਾ। ਇਸ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਜੇਕਰ ਕੈਪਟਨ ਨੇ ਉਹਨਾਂ ਦੀ ਗੱਲ ਤੇ ਕੋਈ ਗੌਰ ਨਾ ਕੀਤੀ ਤਾਂ ਫਿਰ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਦੇ ਵਿਧਾਇਕਾਂ ਤੇ ਮੰਤਰੀਆਂ ਦੇ ਬਿਜਲੀ ਕਨੈਕਸ਼ਨ ਵੀ ਕੱਟ ਦਿੱਤੇ ਜਾਣਗੇ। ਆਮ ਆਦਮੀ ਪਾਰਟੀ ਹੁਣ ਪੂਰੀ ਤਰ੍ਹਾਂ ਉਤਸ਼ਾਹਿਤ ਹੋ ਕੇ ਕੈਪਟਨ ਸਰਕਾਰ ਦੇ ਖਿਲਾਫ ਬਿਜਲੀ ਅੰਦੋਲਨ ਦੀ ਵੱਡੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਹੈ। ਦੇਖਣਾ ਹੈਗਾ ਕਿ ਆਮ ਆਦਮੀ ਪਾਰਟੀ ਆਪਣੇ ਬਿਜਲੀ ਅੰਦੋਲਨ ਵਿੱਚ ਕੈਪਟਨ ਸਰਕਾਰ ਨੂੰ ਹਿਲਾਉਣ ਵਿੱਚ ਕਾਮਯਾਬ ਹੋ ਪਾਏਗੀ ਜਾਂ ਨਹੀਂ, ਪਰ ਇਸ ਵੇਲੇ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਉਤਸ਼ਾਹਿਤ ਹੋ ਕੇ ਕੈਪਟਨ ਸਰਕਾਰ ਦੇ ਖਿਲਾਫ ਹੱਲਾ ਬੋਲਣ ਦੀ ਤਿਆਰੀ ਕਰ ਚੁੱਕੀ ਹੈ। ਆਮ ਆਦਮੀ ਪਾਰਟੀ ਨੇ ਨੈਸ਼ਨਲ ਲੈਵਲ ਤੇ ਡਿਸਾਈਡ ਕੀਤਾ ਕਿ ਅਰਵਿੰਦ ਕੇਜਰੀਵਾਲ ਦਾ ਮਾਡਲ, ਵਿਕਾਸ ਦਾ ਮਾਡਲ, ਲੋਕਾਂ ਦਾ ਮਾਡਲ ਜਿਹੜਾ ਹੈਗਾ ਪੰਜਾਬ ਦੇ ਵਿੱਚ ਘਰ ਘਰ ਲੈ ਕੇ ਜਾਣਾ, ਪੰਜਾਬ ਦੇ ਵਿੱਚ ਵੀ ਉਹੀ ਮੂਵਮੈਂਟ ਸ਼ੁਰੂ ਕਰਨੀ ਆ ਜਿਹੜੀ ਮੂਵਮੈਂਟ ਦਿੱਲੀ 'ਚ ਬਣੀ ਸੀ, ਜਿਹੜੀ ਗੱਲ ਲੋਕਾਂ ਨੇ ਦਿੱਲੀ 'ਚ ਐਕਸੈਪਟ ਕੀਤੀ ਆ ਉਸ ਦੇ ਆਧਾਰ 'ਤੇ ਜਿਹੜਾ ਹੈਗਾ ਪੰਜਾਬ ਵਿੱਚ ਵੀ ਜਿਹੜੀ ਆ ਇਸ ਮੂਵਮੈਂਟ ਲੈ ਕੇ ਜਾਵਾਂਗੇ। ਕਿਉਂਕਿ ਕੈਪਟਨ ਸਾਹਿਬ ਨੇ ਜਿੰਨੇ ਵਾਅਦੇ ਕੀਤੇ ਸੀਗੇ, ਕੈਪਟਨ ਸਾਹਿਬ ਨੇ ਜਿੰਨੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ, ਇੱਕ ਵੀ ਵਾਅਦਾ ਸਿੰਗਲ ਵਾਅਦੇ 'ਤੇ ਕੰਮ ਵੀ ਸਟਾਰਟ ਨਹੀਂ ਕੀਤਾ। 3 ਸਾਲ ਹੋ ਗਏ, 3 ਸਾਲਾਂ 'ਚ ਕਿਸੇ ਵਾਅਦੇ 'ਤੇ ਕੰਮ ਵੀ ਸਟਾਰਟ ਨਹੀਂ ਕੀਤਾ। ਆਮ ਆਦਮੀ ਪਾਰਟੀ ਨੇ ਜਿਹੜਾ ਬਿਜਲੀ ਅੰਦੋਲਨ ਸ਼ੁਰੂ ਕੀਤਾ ਹੋਇਆ, ਆਮ ਆਦਮੀ ਪਾਰਟੀ ਵੱਲੋਂ ਬਿਜਲੀ ਅੰਦੋਲਨ ਸ਼ੁਰੂ ਕੀਤਾ ਹੋਇਆ, ਤੁਹਾਨੂੰ ਪਤਾ ਪਹਿਲਾਂ ਵੀ ਧਰਨਾ ਦਿੱਤਾ, ਸੀਐਮ ਸਾਹਿਬ ਦਾ ਘਿਰਾਓ ਕੀਤਾ ਸੀਗਾ, ਪਰ ਲੇਕਿਨ ਉਸ ਸਮੇਂ ਸੀਐਮ ਸਾਹਿਬ ਨੇ ਅਨਾਊਂਸ ਕੀਤਾ ਕੈਪਟਨ ਸਾਹਿਬ ਨੇ ਕਿ ਅਸੀਂ ਵਾਈਟ ਪੇਪਰ ਲੈ ਕੇ ਆਵਾਂਗੇ, ਅਸੀਂ ਜਿਹੜਾ ਸਮਝੌਤੇ ਵਾਈਟ ਪੇਪਰ ਲੈ ਕੇ ਆਵਾਂਗੇ, ਵਾਈਟ ਪੇਪਰ ਲੈ ਕੇ ਆਉਣ ਤੋਂ ਬਾਅਦ ਸਮਝੌਤੇ ਰੱਦ ਕਰਾਂਗੇ। ਜੇਕਰ ਇਸ ਵਿਧਾਨ ਸਭਾ ਦੇ ਸੈਸ਼ਨ ਦੌਰਾਨ, ਇਸ ਬਜਟ ਸੈਸ਼ਨ ਦੌਰਾਨ ਕੈਪਟਨ ਸਾਹਿਬ ਸਮਝੌਤੇ ਰੱਦ ਨਹੀਂ ਕਰਦੇ, ਸਮਝੌਤੇ ਰੱਦ ਕਰਨ ਲਈ ਰੈਜੋਲੂਸ਼ਨ ਨਹੀਂ ਲੈ ਕੇ ਆਉਂਦੇ, ਤਾਂ ਆਮ ਆਦਮੀ ਪਾਰਟੀ ਜਿਹੜੀ ਆ ਸਾਡੀ ਕੋਰ ਕਮੇਟੀ ਦੀ ਜਿਹੜੀ ਕੋਰ ਕਮੇਟੀ ਆ ਉਹਦੀ ਜਿਹੜੀ ਮੀਟਿੰਗ ਆ ਬੜੀ ਜਲਦੀ ਹੋਣ ਜਾ ਰਹੀ ਆ, ਜਿਹੜੇ ਸਾਡੇ ਪ੍ਰਧਾਨ ਨੇ ਪ੍ਰਿੰਸੀਪਲ ਬੁਧਰਾਮ ਜੀ ਦੱਸਣਗੇ ਕਦੋਂ ਹੋਣੀ ਆ, ਅਤੇ ਉਸ ਮੀਟਿੰਗ ਦੇ ਵਿੱਚ ਡਿਸਾਈਡ ਕਰਾਂਗੇ ਕਿ ਜੇਕਰ ਸਮਝੌਤੇ ਰੱਦ ਨਾ ਕੀਤੇ, ਜੇਕਰ ਉਹ ਜਿਹੜੇ ਐਗਰੀਮੈਂਟ ਰੱਦ ਨਾ ਕੀਤੇ, ਤਾਂ ਆਮ ਆਦਮੀ ਪਾਰਟੀ ਕੈਪਟਨ ਸਾਹਿਬ ਦੇ ਮਹਿਲਾਂ ਦਾ, ਕੈਪਟਨ ਸਾਹਿਬ ਦਾ ਜਿਹੜਾ ਜਿਹੜੀ ਪ੍ਰਾਈਵੇਟ ਨਿਵਾਸ ਸਥਾਨ ਆ ਜਿਹੜਾ ਪਟਿਆਲੇ ਦੇ ਵਿੱਚ ਸ਼ਾਹੀ ਮਹਿਲਾਂ ਦਾ, ਉਹਦਾ ਅਸੀਂ ਬਿਜਲੀ ਦਾ ਜਿਹੜਾ ਹੈਗਾ ਕਨੈਕਸ਼ਨ ਕੱਟਾਂਗੇ, ਸਮੁੱਚੀ ਸਾਡੀ ਪਾਰਟੀ ਪੂਰੀ ਪੰਜਾਬ ਦੀ ਪਟਿਆਲੇ ਪਹੁੰਚ ਕੇ ਕੈਪਟਨ ਸਾਹਿਬ ਦੇ ਘਰ ਦਾ ਕਨੈਕਸ਼ਨ ਕੱਟਾਂਗੇ। ਜੇਕਰ ਉਸ ਤੋਂ ਬਾਅਦ ਵੀ ਕੈਪਟਨ ਸਾਹਿਬ ਨੇ ਉਹ ਸਮਝੌਤੇ ਰੱਦ ਨਾ ਕੀਤੇ, ਤਾਂ ਅੱਜ ਅਸੀਂ ਐਲਾਨ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੌਰਾਨ ਸਾਰੇ ਜਿੰਨੇ ਵੀ ਕਾਂਗਰਸ ਪਾਰਟੀ ਦੇ MLA ਨੇ, ਜਿੰਨੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਨੇ, ਸਾਰਿਆਂ ਦੇ ਕਨੈਕਸ਼ਨ ਕੱਟਣ ਲਈ ਆਮ ਆਦਮੀ ਪਾਰਟੀ ਦੇ ਵਲੰਟੀਅਰ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ, ਆਮ ਆਦਮੀ ਪਾਰਟੀ ਦੇ MLA ਸਾਹਿਬਾਨ, ਆਮ ਆਦਮੀ ਪਾਰਟੀ ਦੇ MP ਸਾਹਿਬਾਨ, ਸਾਰੇ ਜਿਹੜੇ ਹੈਗੇ ਨੇਗੇ ਉਹ ਹਰੇਕ ਜਗ੍ਹਾ 'ਤੇ ਜਾਣਗੇ, ਉਹਦਾ ਕਨੈਕਸ਼ਨ ਕੱਟਾਂਗੇ। ਕਿਉਂਕਿ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ, ਇਹ ਸਾਡਾ ਵਾਅਦਾ ਨਹੀਂ ਸੀਗਾ, ਸਾਡਾ ਵਾਅਦਾ ਜਿਹੜਾ ਹੈਗਾ ਸੀ ਜੇਕਰ ਅਸੀਂ ਸੱਤਾ 'ਚ ਆਉਂਦੇ ਤਾਂ ਪੂਰਾ ਕਰਦੇ। ਕੈਪਟਨ ਸਾਹਿਬ ਦਾ ਵਾਅਦਾ ਸੀਗਾ ਕਿ ਜਦੋਂ ਮੈਂ ਸੱਤਾ 'ਚ ਆਊਂਗਾ ਤਾਂ ਬਿਜਲੀ ਦੇ ਐਗਰੀਮੈਂਟ ਜਿਹੜੇ ਹੈਗੇ ਨੇ ਉਹ ਰੱਦ ਕਰੂੰਗਾ, ਰਿਵਿਊ ਕਰੂੰਗਾ, ਖਤਮ ਕਰੂੰਗਾ। ਪਰ ਅਫਸੋਸ ਦੀ ਗੱਲ ਆ, ਨਾ ਰੱਦ ਕੀਤੇ, ਨਾ ਰਿਵਿਊ ਕੀਤੇ, ਨਾ ਈਵਨ ਕਿਹਾ ਮੀਟਿੰਗ ਤੱਕ ਨਹੀਂ ਬੁਲਾਈ। ਹੁਣ ਕਹਿ ਰਹੇ 3 ਸਾਲਾਂ ਬਾਅਦ ਕਹਿ ਰਹੇ ਨੇ ਕਿ ਅਸੀਂ ਜਿਹੜਾ ਹੈਗਾ ਉਸ ਦੇ ਉੱਤੇ ਵਾਈਟ ਪੇਪਰ ਲੈ ਕੇ ਆਵਾਂਗੇ। ਅਸੀਂ ਕਹਿੰਦੇ ਹਾਂ ਵਾਈਟ ਪੇਪਰ ਲਿਆਓ, ਵਲਿਊ ਲਿਆਓ, ਰੈੱਡ ਲਿਆਓ, ਜਿਹੜਾ ਮਰਜ਼ੀ ਪੇਪਰ ਲੈ ਕੇ ਆਓ, ਪਰ ਲੇਕਿਨ ਸਮਝੌਤੇ ਰੱਦ ਕਰਕੇ ਪੰਜਾਬ ਦੇ ਲੋਕਾਂ ਨੂੰ ਜਿਹੜਾ ਵਾਅਦਾ ਕੀਤਾ ਸੀ ਸਸਤੀ ਬਿਜਲੀ ਦਿਓ।